ਖਾ ਲੈ ਤੇਰੇ ਵਾਸਤੇ ਕੁਤਰੇ ਨੇ, ਖਾ ਲੈ ਗਰਮਾ ਲਈਏ। ਸਲਾਮੁਅਲੈਕਮ ਜੀ, ਕੀ ਹਾਲ ਹੈ? ਠੀਕ ਠਾਕ ਹੋ? ਤਬੀਅਤ ਸਿਹਤ ਠੀਕ ਹੈ? ਮੇਰਾ ਨਾਮ ਰਾਹਿਲ ਸਬਦਰ, ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਤੇ ਬਿਸਮਿਲਾ ਕਰਕੇ ਅੱਜ ਦਾ ਵਲੌਗ ਕਰੀਏ ਸ਼ੁਰੂ। ਵਲੌਗ ਅੱਜ ਦਾ ਸਾਡਾ ਬੜਾ ਮਜ਼ੇਦਾਰ ਹੈ। ਅੱਜ ਇਹਦੇ ਲਿਆਉਂਦੇ ਨੇ ਅਸੀਂ ਪੱਠੇ, ਇਹਦੇ ਵਾਸਤੇ ਪੱਠੇ ਲਿਆਉਂਦੇ ਨੇ ਬੜੀ ਦੂਰੋਂ, ਅਤੇ ਇਵੇਂ ਦੂਰੋਂ ਲਿਆਉਂਦੇ ਨੇ ਤੁਹਾਡੀ ਸੋਚ ਹੈ, ਜਿਵੇਂ ਗਰਮੀ ਹੈ ਜਿੰਨੀ ਧੁੱਪ ਹੈ, ਇਹਨਾਂ ਦਾ ਖਿਆਲ ਲਾਜ਼ਮੀ ਕਰੀਦਾ, ਕਿਉਂਕਿ ਇਹਨਾਂ ਨੂੰ ਸੁਬਹਾ ਵੀ ਮਾਸ਼ਾਅੱਲਾ ਧਾਰਾਂ ਕੱਢੀ ਦੀਆਂ ਨੇ ਅਤੇ ਸ਼ਾਮ ਨੂੰ ਵੀ, ਅਤੇ ਇਹਨਾਂ ਦੇ ਪੱਠੇ ਲਿਆਉਣੇ ਜ਼ਰੂਰੀ ਹੁੰਦੇ ਨੇ, ਕਿਉਂਕਿ ਇਸ ਵਾਸਤੇ ਜਾਨਵਰ ਹੈ। ਇਹਨੇ ਕਿਹੜਾ ਮੈਨੂੰ ਕਹਿਣਾ ਵੀ ਮੈਨੂੰ ਪਾਣੀ ਪੁਆ ਕਰਮਾਂ ਵਾਲਿਆ, ਮੈਨੂੰ ਪੱਠੇ ਕੁਤਰ ਕੇ ਪਾ, ਜਾਂ ਮੈਨੂੰ ਫਲਾਣੀ ਸ਼ਾਇਦ ਖੁਆ, ਇਹਨੇ ਨਹੀਂ ਕਹਿਣਾ। ਇਹਨਾਂ ਦਾ ਖਿਆਲ ਕਰਨਾ ਪੈਂਦਾ ਹੈ, ਕਿਉਂਕਿ ਇਹ ਸਾਡੀ ਮੱਝ ਹੈ। ਹਾਂਜੀ, ਠੀਕ ਨੇ ਪੱਠੇ? ਅਤੇ ਸ਼ਾਬਾ ਦੱਬ ਕੇ ਰੱਖਾ, ਅਤੇ ਦੱਬ ਕੇ ਦੁੱਧ ਦੇਣੇ, ਮੈਂ ਤਾਂ ਦੱਸਦਾ ਫਿਰ ਨਾ ਕਹੇ, ਅਤੇ ਮੈਂ ਤਾਂ ਮੀਟਰ ਘੁੰਮ ਗਿਆ ਨਾ, ਅਤੇ ਫਿਰ ਨਾ ਕਹੇ, ਹਾਂ ਧਿਆਨ ਕਰਨਾ ਹੀ ਹੁਣ। ਚੱਲਣ 'ਤੇ ਆ ਨਵਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਬੈੱਲ ਆਇਕਨ ਨੂੰ ਲਾਜ਼ਮੀ ਦਬਾਇਆ ਕਰੋ। ਇਹਨਾਂ ਨੂੰ ਮਸ਼ਵਰਾ ਦੇ ਕਿ ਸਾਡਾ ਚੈਨਲ ਹੈਗਾ ਯੂਟਿਊਬ ਚੈਨਲ, ਅਤੇ ਤਾਂ ਕਿ ਵੀਡੀਓ ਬਣਾਉਂਦੇ ਅਸੀਂ ਤੁਹਾਡੀ ਖਾਤਰ। ਠੀਕ ਹੋ ਗਿਆ? ਦੱਸਿਆ ਇਹਨਾਂ ਨੂੰ, ਇਹਨਾਂ ਦੇ ਮੂੰਹ ਕਰ, ਇੱਧਰ ਜਰਾ ਕੂੰ, ਇੱਧਰ ਮੂੰਹ ਕਰ, ਹਾਂ ਠੀਕ ਹੈ, ਉਹਨੇ ਕਹਿ ਦਿੱਤਾ ਨਾ ਜੀ। ਚਲੋ ਮੱਝੇ, ਤੇਰਾ ਇੰਤਜ਼ਾਮ ਕਰੂੰ, ਅਸੀਂ ਪੱਠੇ ਪੁੱਠੇ ਕੁਤਰੂ ਆਏ, ਅੱਬਾ ਵੀ ਆ ਗਿਆ, ਅਤੇ ਤੇਰਾ ਇੰਤਜ਼ਾਮ ਕਰੂੰ। ਆ ਵੇਖਦੀ ਪਈ ਹੈ, ਆਹ ਪੱਠੇ ਪੈ, ਆਹ ਜਮੀਲ ਆਇਆ ਖੜਾ, ਉਹ ਕੱਟਾ ਖੜਾ, ਅੱਬਾ ਵੀ ਆ ਗਿਆ, ਅਤੇ ਹੁਣ ਤੇਰੇ ਜੋ ਪੱਠੇ ਕੁਤਰੂ ਆ, ਇਹਦੇ ਜੋ ਕਿ ਪਾਏ ਨੇ ਥੋੜ੍ਹੇ ਜਿਹੇ ਪੱਠੇ ਸਨ ਥੋੜ੍ਹੇ ਜਿਹੇ ਘੱਟ, ਅਤੇ ਹੁਣ ਅਸੀਂ ਇਹਦੇ ਵਾਸਤੇ ਪੱਠੇ ਕੁਤਰਨ ਲੱਗੇ ਹਾਂ। ਇਹ ਸਾਡਾ ਟੋਕਾ ਖੜਾ ਜੇ, ਅਤੇ ਪੱਠੇ ਪੁੱਠੇ ਆ ਗਏ ਨੇ, ਅਤੇ ਹੁਣ ਟੋਕੇ ਨੂੰ ਅਸੀਂ ਰਗੜਨੇ ਹੈ, ਸਵਾਰ ਕੇ ਇਸ ਟੋਕੇ ਨੂੰ ਚੰਗੀ ਤਰ੍ਹਾਂ ਰਗੜਨੇ, ਰਗੜ ਕੇ ਫਿਰ ਅਸੀਂ ਪੱਠੇ ਕੁਤਰਨੇ। ਮੈਂ ਤਾਂ ਜਮੀਲ, ਅੱਬਾ ਅੱਗੇ ਲੜਦਾ ਪਿਆ ਗਾ ਵੀ ਪੱਠੇ ਤੁਸੀਂ ਅਜੇ ਕੁਤਰੇ ਨਹੀਂ, ਅਤੇ ਮੈਂ ਕਿਹਾ ਵੀ ਕੁਤਰ ਲੈਂਦੇ ਹਾਂ, ਹੁਣ 2 ਮਿੰਟਾਂ 'ਚ ਕੁਤਰ ਲੈਣੇ, ਬੱਤੀ ਹੈਗੀ ਹੈ ਅਤੇ 5 ਮਿੰਟ ਲੱਗਣੇ ਨੇ। ਅੱਬਾ ਤੂੰ ਰਗੜਨਾ ਟੋਕਾ, ਰਗੜ, ਅਤੇ ਅਸੀਂ ਫਿਰ ਲਿਆ ਬੱਜ ਕੇ ਜਾ ਰੇਤੀ ਲਿਆ ਜਮੁਨਾ ਜਮੀਲ। ਅੱਬਾ ਉਹ ਰਗੜ ਲੱਗਿਆ ਟੋਕੇ, ਅਤੇ ਵੇਖਦੇ ਵੀ ਟੋਕੇ ਕਿਵੇਂ ਰਗੜਦਾ। ਚਲੋ ਜੀ, ਇਹ ਰਗੜਦੇ ਇਸ ਪਰ ਪਏ ਆ ਕਿ ਤੇਜ਼ ਹੋ ਜਾਣਗੇ, ਤਾਂ ਕਿ ਪੱਠੇ ਪੁੱਠੇ ਸਹੀ ਕੁਤਰੇ ਜਾਣਗੇ, ਕਿਉਂ ਅੱਬਾ? ਹਾਂ, ਅਜੇ ਨਾ ਚਲਾਵੇਂ ਆਪਾਂ, ਟੋਕੇ ਕੁਤਰਦਾ ਪੱਠੇ, ਉਹ ਸੋਰੀ ਰਗੜਦਾ ਪਿਆ। ਹਾਂ, ਉਂਝ ਇਹ ਅਸੀਂ ਪਿੰਡ 'ਚ ਰਹਿੰਦੇ, ਬੜੇ ਆਪਣੇ ਮੱਝਾਂ ਨੂੰ ਪੱਠੇ ਪਾਏ, ਅਤੇ ਇੰਝ ਕੀ ਦਿਨ ਬੰਨੇ ਫੋਨ ਲਓ ਜੀ, ਪੱਠੇ ਪੁੱਠੇ ਸਾਡੇ ਗਏ ਨੇ ਕੁਤਰੇ,
ਅਤੇ ਹੁਣ ਮੱਝ ਮਾਸ਼ਾਅੱਲਾ ਪੱਠੇ ਖਾ ਰਹੀ ਸਾਡੀ, ਅਤੇ ਹੁਣ ਅਸੀਂ ਇਹਨੂੰ ਥੋੜ੍ਹੀ ਦੇਰ ਬਾਅਦ ਇਹਨੂੰ ਚੋਂਦੇ ਹਾਂ। ਕਿਉਂ ਵੀ ਮੁੰਨਾ ਸੇਠ ਮੁੰਨਾ ਕਰ ਰਿਹਾ ਸਫਾਈਆਂ, ਪੱਠੇ ਪੁੱਠੇ ਹੁਣ ਕੁਤਰੇ ਗਏ ਨੇ, ਕੱਟੇ ਸਾਹਿਬ ਵੀ ਪੱਠੇ ਖਾ ਰਹੇ ਨੇ, ਤਾਂ ਉਹਨੂੰ ਕੱਟਾ ਵੀ ਵਿਖਾਉਣੇ ਆ। ਇਸ ਵਕਤ ਕੱਟਾ ਪੱਠੇ ਖਾ ਰਿਹਾ, ਮਾਸ਼ਾਅੱਲਾ ਕੀ ਬਾਤ ਹੈ। ਇਹਨਾਂ ਦਾ ਭਾਅ ਜੀ ਧਿਆਨ ਕਰਨਾ ਪੈਂਦਾ ਤਾਂ ਜਾ ਕੇ ਕੰਮ ਚੱਲਦੇ ਨੇ। ਡੰਗਰ ਹੋਵੇ, ਜਾਨਵਰ ਹੋਵੇ, ਜਿਹੜੀ ਵੀ ਚੀਜ਼ ਉਹਦਾ ਧਿਆਨ ਕਰੋ। ਅਤੇ ਇਹ ਦੁਆ ਵੀ ਦਿੰਦੇ ਨੇ ਔਰ ਇਹ ਖਿਆਲ ਵੀ ਕਰਦੇ ਨੇ ਅਤੇ ਮਾਲਕ ਦੇ ਬਾਰੇ ਦੁਆਵਾਂ ਵੀ ਦਿੰਦੇ ਨੇ। ਮੁਰਗੀ ਹੋਵੇ, ਜਿਹੜੀ ਵੀ ਚੀਜ਼ ਹੋਵੇ, ਜਾਨਵਰ ਦਾ ਖਿਆਲ ਕਰੋ। ਠੀਕ ਹੋ ਗਿਆ? ਅਤੇ ਇਹ ਮਾਸ਼ਾਅੱਲਾ ਹੁਣ ਪੱਠੇ ਖਾ ਰਹੇ ਨੇ ਅਤੇ ਉੱਤੋਂ ਟਾਈਮ ਵੀ ਹੋ ਰਿਹਾ ਇਹਨਾਂ ਦਾ ਚੋਣ ਦਾ, ਫਿਰ ਇਹਨਾਂ ਦੀ ਕਰਾਂਗੇ ਆਪਾਂ ਚੁਆਈ। ਅਤੇ ਅੱਲਾ ਲਾ ਅਤੇ ਖੈਰ ਸੱਲਾ, ਠੀਕ ਹੋ ਗਿਆ ਜੀ। ਅਤੇ ਬਾਕੀ ਦੁਆਵਾਂ ਯਾਦ ਰੱਖਿਆ ਕਰੋ। ਪਾਕਿਸਤਾਨ ਜ਼ਿੰਦਾਬਾਦ।